ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਅੱਜ 15 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਪਾਤੜਾਂ ਦੇ ਸਿਹਤ ਕੇਂਦਰ ਦਾ ਦੌਰਾ ਕੀਤਾ ਅਤੇ ਹਸਪਤਾਲ ਪਾਤੜਾਂ ਵਿੱਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਇਹਨਾਂ ਦੇ ਨਾਲ ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਹਰਿਆਣਾ ਪੁਲਿਸ ਵੱਲੋਂ ਢਾਬੀ ਗੁਜਰਾਂ ਨੇੜੇ ਬਾਰਡਰ 'ਤੇ ਕਿਸਾਨਾਂ 'ਤੇ ਕੀਤੇ ਅੱਤਿਆਚਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ। ਉਚੇਚੇ ਤੌਰ 'ਤੇ ਮੈਂ ਪਾਤੜਾਂ 'ਚ ਆਇਆ ਜੀ, ਕਿਉਂਕਿ ਜਿਹੜੇ ਸਾਡੇ ਦੋ ਬਾਰਡਰ ਹੈਗੇ ਆ ਜਿੱਥੇ ਮੈਕਸੀਮਮ ਜਿਹੜਾ ਹੈਗਾ, ਤੁਸੀਂ ਕਹਿ ਲਓ ਕਿਸਾਨਾਂ 'ਤੇ ਅੱਤਿਆਚਾਰ, ਜਿਹੜਾ ਤੁਸੀਂ ਬਿਲਕੁਲ ਸਹੀ ਸ਼ਬਦ ਵਰਤਿਆ ਹੈਗਾ, ਉਹਦੇ ਵਿੱਚ ਜਿਹੜੇ ਸਾਡੇ ਕੋਲ ਜ਼ਿਆਦਾ ਮਰੀਜ਼ ਆਏ ਆ ਉਹ ਸ਼ੰਭੂ ਬਾਰਡਰ ਤੋਂ ਆਏ ਆ, ਗਿਣਤੀ ਉੱਥੇ ਜ਼ਿਆਦਾ ਸੀ। ਬਟ ਜਿਹੜਾ ਮੈਂ ਕਹੂੰਗਾ ਜਿਹੜਾ ਇੱਕ ਬਰੂਟਲ ਫੋਰਸ ਜਾਂ ਜਿਹੜਾ ਬਹੁਤ ਜ਼ਿਆਦਾ ਅੱਤਿਆਚਾਰ, ਜਿਹੜਾ ਇੱਕ ਇਨਹਿਊਮਨ ਗੈਰ ਮਨੁੱਖੀ ਅੱਤਿਆਚਾਰ ਹੋਇਆ, ਉਹ ਇਸ ਜਿਹੜਾ ਤੁਹਾਡਾ ਢਾਬੀ ਗੁਜਰਾਂ ਵਾਲਾ ਜਿਹੜਾ ਬਾਰਡਰ ਆ ਇੱਥੇ ਹੋਇਆ। ਇਹਦੇ ਵਿੱਚ ਕਈ ਤਾਂ ਜਿਹੜੀਆਂ ਮਤਲਬ ਮੈਂ ਦੇਖਿਆ ਜੋ ਮਰੀਜ਼ਾਂ ਦਾ ਹਾਲ ਸੀਗਾ ਉਹ ਵਿਚਲਿਤ ਕਰਨ ਵਾਲੇ ਸੀਗੇ, ਦੋ ਤਿੰਨ ਮਰੀਜ਼ਾਂ ਦੀਆਂ ਅੱਖਾਂ ਫੋੜਤੀਆਂ ਬਿਲਕੁਲ ਉਹ, ਔਰ ਇਸ ਤਰ੍ਹਾਂ ਪੈਲਟ ਇੰਜਰੀਜ਼ ਹੋਈਆਂ ਕਿ ਅੱਖਾਂ ਉਹਨਾਂ ਦੀਆਂ ਠੀਕ ਵੀ ਕਰਨੀਆਂ, ਮਤਲਬ ਬਹੁਤ ਮੁਸ਼ਕਲ ਹੋਏਗਾ ਜਾਂ ਨਾ ਵਰਗਾ ਚਾਂਸ ਆ ਕਿ ਉਹਦੀ 'ਚ ਅੱਖਾਂ ਉਹਦੀ ਦੁਬਾਰਾ ਨਜ਼ਰ ਆਏਗੀ। ਔਰ ਬਹੁਤ ਸਾਰੀਆਂ ਬੰਦਿਆਂ 'ਤੇ ਜਿਹੜੀਆਂ ਸੀਗੀਆਂ ਉਹ ਪੈਲਟ ਇੰਜਰੀਜ਼ ਸੀਗੀਆਂ, ਜਿਹੜੀਆਂ ਕਿ ਉਹਨਾਂ ਦੇ ਸਰੀਰ ਦੇ ਉੱਤੇ ਮਤਲਬ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਜ਼ਖਮ ਸੀਗੇ, ਜਿਹੜੇ ਕਿ ਮੈਨੂੰ ਬਹੁਤ ਜ਼ਿਆਦਾ ਮੈਂ ਪਰੇਸ਼ਾਨ ਹੋਇਆ ਰਾਤੀ, ਮੈਨੂੰ ਨੀਂਦ ਨਹੀਂ ਆ ਸਕੀ। ਜੇ ਮੈਂ ਤੁਹਾਨੂੰ ਕੁਛ ਫੋਟੋਆਂ ਦਿਖਾਵਾਂ, ਜਿਵੇਂ ਆਹ ਜਿਹੜੀ ਹੈਗੀ ਆ ਨਾ ਜੀ, ਇਹ ਬੰਦੇ ਦੀ ਅੱਖ ਦੇ ਵਿੱਚੋਂ ਇੱਥੋਂ ਪੈਲਟ ਗਈ ਆ ਜੀ, ਇਹਦੇ ਵਿੱਚੋਂ ਦੁਬਾਰਾ ਅੱਖ ਦੇ ਅੰਦਰ ਚਲੀ ਗਈ ਆ, ਉਹਦਾ ਪਰਦਾ ਵੀ ਫਟ ਗਿਆ, ਅੱਖ ਦੇ ਵਿੱਚ ਖੂਨ ਆਇਆ ਹੋਇਆ, ਮੋਤੀਆਂ ਹੋ ਗਿਆ। ਇਸੇ ਤਰ੍ਹਾਂ ਦੇਖੋ ਬੰਦੇ ਦੇ ਜਿਹੜੇ ਇੱਕ ਬਜ਼ੁਰਗ ਆ, ਮੈਂ ਚਿਹਰਾ ਨਹੀਂ ਦਿਖਾਊਂਗਾ, ਇਹਦੇ 'ਚ ਦੇਖੋ ਕਿੱਦਾਂ ਇਹਦੇ ਗੋਲੀਆਂ ਲੱਗੀਆਂ, ਆਹ ਲੱਗੀਆਂ ਪੈਲਟਸ ਲੱਗੀਆਂ ਹੋਈਆਂ, ਸਰੀਰੇ ਦਾ ਛਰਨੀ ਕੀਤਾ ਹੋਇਆ ਬੰਦੇ ਦੀ ਬਾਂਹ ਦੇ ਉੱਤੇ ਜੀ, ਆਹ ਉਹਦੇ ਪੇਟ ਦੇ ਉੱਤੇ ਜੀ। ਇਸੇ ਤਰ੍ਹਾਂ ਜਿਹੜੇ ਤੁਹਾਡੇ ਹੋਰ ਹੈਗੇ ਆਹ ਦੇਖੋ ਕਿੰਨੀਆਂ ਲੱਗੀਆਂ ਇਹਦੇ ਪੈਲਟਸ, ਆਹ ਦੇਖੋ ਸਾਰਾ ਜੀ ਮਤਲਬ ਠੀਕ ਹੈ। ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਇੱਕ ਅੱਛੀ ਭੂਮਿਕਾ, ਜੋ ਮੁੱਖ ਮੰਤਰੀ ਦਾ ਫਰਜ਼ ਹੈ ਮੈਂ ਸਮਝਦਾ ਜੀ, ਉਹਨਾਂ ਨੇ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਕਿਸਾਨਾਂ ਨਾਲ ਗੱਲਬਾਤ ਕਰਾਈ ਕਿ ਤੁਸੀਂ ਇਹਨਾਂ ਦੀ ਗੱਲਬਾਤ ਕਰੋ, ਇਹਨਾਂ ਦੇ ਮਸਲੇ ਦਾ ਹੱਲ ਕਰੋ, ਅਤੇ ਇਹ ਇੱਕ ਮੁੱਖ ਮੰਤਰੀ ਦਾ ਫਰਜ਼ ਹੈ ਜੀ, ਮਤਲਬ ਕੇਂਦਰ ਦੀ ਸਰਕਾਰ ਦਾ ਫਰਜ਼ ਹੈ ਕਿ ਇਹਨਾਂ ਦੀ ਜਿਹੜੀ ਜਿਹਦੇ ਵਾਸਤੇ ਇਹਨਾਂ ਨੇ 13 ਮਹੀਨੇ ਪਹਿਲਾਂ ਸੰਘਰਸ਼ ਕੀਤਾ, 26 ਮਹੀਨੇ ਇੰਤਜ਼ਾਰ ਕੀਤਾ, ਵੀ ਇਹਨਾਂ ਦੀਆਂ ਗੱਲਾਂ ਮੰਨੇ, ਉਹ ਜਿਹੜੀਆਂ ਇਹਨਾਂ ਦੀਆਂ ਵਾਜਬ ਮੰਗਾਂ ਹੈਗੀਆਂ, ਬਿਲਕੁਲ ਵਾਜਬ ਮੰਗਾਂ ਇਹਨਾਂ ਦੀਆਂ, ਜੋ ਹਰਿਆਣੇ ਦੀ ਸਰਕਾਰ ਨੇ ਕੀਤਾ, ਹਰਿਆਣੇ ਦੇ ਮੁੱਖ ਮੰਤਰੀ ਨੇ ਕੀਤਾ, ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਇਹ ਜਾਇਜ਼ ਹੈ, ਗੈਰ ਕਾਨੂੰਨੀ ਆ, ਗੈਰ ਸੰਵਿਧਾਨਿਕ ਹੈ, ਔਰ ਇਹਨਾਂ ਨੂੰ ਜਿਹੜੀ ਹੈਗੀ ਆ ਵਾਹਿਗੁਰੂ ਵੀ ਇਹਨਾਂ ਨੂੰ ਮਾਫ਼ ਨਹੀਂ ਕਰੇਗਾ, ਰੱਬ ਵੀ ਇਹਨਾਂ ਨੂੰ ਮਾਫ਼ ਨਹੀਂ ਕਰੇਗਾ, ਔਰ ਹੋਰ ਵੀ ਇਹਨਾਂ ਨੂੰ ਜਿਹੜੇ ਹੈਗੇ ਆ ਸਮਾਜ ਵੀ ਇਹਨਾਂ ਨੂੰ ਮਾਫ਼ ਨਹੀਂ ਕਰੇਗਾ। ਇਹਨਾਂ ਨੇ ਆਪਣੇ ਬੰਦਿਆਂ ਦੇ ਉੱਤੇ ਡਰੋਨ ਰਾਹੀਂ ਜਿਹੜੇ ਹੈਗੇ ਆ ਉਹ ਪਹਿਲਾਂ ਤਾਂ ਅਥਰੂ ਗੈਸ ਦੇ ਗੋਲੇ ਚਲਾਏ, ਅਤੇ ਜਿਹੜੀ ਆ ਇਸ ਢਾਬੀ ਗੁਜਰਾਂ 'ਤੇ ਹੋਈ ਆ, ਜਿਹੜੇ ਇਹਨਾਂ ਨੇ ਲੋਕਾਂ ਦੇ ਸਰੀਰ ਛਲਨੀ ਕਰ ਦਿੱਤੇ ਪਲਾਸਟਿਕ ਨੇ ਗੋਲੀਆਂ ਨਾਲ, ਇਹ ਬਿਲਕੁਲ ਹੀ ਮੈਂ ਕਹਿੰਦਾ ਇਹ ਤਾਂ ਇੱਕ ਕਿਸਮ ਦਾ ਇਹਨਾਂ ਨੇ ਜੁਰਮ ਕੀਤਾ, ਕ੍ਰਾਈਮ ਕੀਤਾ, ਇਹਦੀ ਇਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ, ਮਿਲਣੀ ਚਾਹੀਦੀ ਹੈ। ਔਰ ਅਸੀਂ ਜਿਹੜੀ ਗੌਰਮੈਂਟ ਆ ਸਾਡੀ ਉਹ ਸਾਰੀ ਹਰ ਲੈਵਲ ਦੇ ਉੱਤੇ ਉਹਨੂੰ ਟੇਕਅਪ ਕਰ ਰਹੀ ਆ, ਔਰ ਅੱਜ ਕੋਰਟ ਨੇ ਵੀ ਮਾਨਯੋਗ ਅਦਾਲਤ ਨੇ ਵੀ ਉੱਥੇ ਵੀ ਸਾਰੀ ਜਿਹੜੀ ਐਵੀਡੈਂਸ ਹੈ ਪੇਸ਼ ਹੋਏਗੀ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਰਕਾਰ ਜਿਹੜਾ ਮਾਨਯੋਗ ਅਦਾਲਤ ਵੀ ਹੈ ਇਹਦੀ ਕੋਗਨੀਜੈਂਸ ਲੈ ਕੇ ਹਰਿਆਣਾ ਸਰਕਾਰ ਨੂੰ ਜਿਹੜਾ ਹੈਗਾ ਕਟਕੜੇ 'ਚ ਖੜਾ ਕਰੇਗੀ, ਔਰ ਜਿਹੜਾ ਕਿਸਾਨਾਂ ਨੂੰ ਇਨਸਾਫ ਮਿਲੇਗਾ। ਲੇਕਿਨ ਫਿਰ ਵੀ ਮੈਂ ਜਿਹੜੇ ਆਪਣੇ ਸਾਰੇ ਨੂੰ ਅਪੀਲ ਕਰਦਾ ਕਿ ਇਸ ਵੇਲੇ ਕੰਮ ਦੀ ਲੋੜ ਹੈ ਦੇ ਵਿੱਚ, ਹਸਪਤਾਲਾਂ ਦੇ ਵਿੱਚ ਦੇਖੋ ਤੁਸੀਂ ਆਪ ਦੇਖ ਸਕਦੇ ਹੋ, ਲੋਕਾਂ ਨੂੰ ਪੁੱਛ ਸਕਦੇ ਹੋ ਕਿ ਅਸੀਂ ਪਹਿਲਾਂ ਹੀ ਜਦੋਂ ਇਹਨਾਂ ਨਾਲ ਗੱਲਬਾਤ ਫੇਲ ਹੋ ਗਈ ਸੀ ਅਸੀਂ ਸਾਰੇ ਪ੍ਰਬੰਧ ਕਰਤੇ ਸੀਗੇ ਜੀ, ਐਮਰਜੈਂਸੀ ਦੇ ਐਂਬੂਲੈਂਸ ਲੱਗੀਆਂ ਹੋਈਆਂ ਜੀ, ਹਸਪਤਾਲ 'ਚ ਮਰੀਜ਼ ਆਉਂਦੇ ਆ, ਡਾਕਟਰਾਂ ਦੀ ਡਿਊਟੀ ਆ, ਦਵਾਈਆਂ ਸਾਰੀਆਂ ਪਹੁੰਚਾਤੀਆਂ, ਲੋਕਾਂ ਦਾ ਇਲਾਜ ਹੋ ਰਿਹਾ ਰਜਿੰਦਰਾ ਹਸਪਤਾਲ ਦੇ ਵਿੱਚ, ਉਹ ਸਾਰਾ ਸਰਕਾਰ ਜਿਹੜਾ ਹੈਗਾ ਮਾਨ ਸਰਕਾਰ ਹੈ ਇਲਾਜ ਫ੍ਰੀ ਕਰਾ ਕੇ ਦੇ ਰਹੀ ਹੈ। ਹਸਪਤਾਲਾਂ ਦੇ ਵਿੱਚ ਤਾਂ ਅਸੀਂ ਪੂਰਾ ਬੰਦੋਬਸਤ ਕੀਤਾ ਹੋਇਆ, ਬਾਰਡਰ ਦਾ ਏਰੀਆ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਉਹਨਾਂ ਚੀਜ਼ ਨੂੰ ਲੈ ਕੇ ਮੰਤਰੀ ਸਾਹਿਬ ਆਪ ਵਿਜਿਟ ਕਰ ਰਹੇ ਨੇ,
ਔਰ ਪਾਤਰਾਂ ਹੋਸਪਿਟਲ ਆਏ ਨੇ ਹੁਣ ਛੁਤਾਣੇ ਵੀ ਜਾਣਾ ਔਰ ਨਾਲ ਲੱਗਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਦਸ਼ਾਹਪੁਰ ਦਾ ਜਿਹੜਾ ਹੋਸਪਿਟਲ ਹੈ ਉੱਥੇ ਵੀ ਮੰਤਰੀ ਸਾਹਿਬ ਜਾ ਕੇ ਆਉਣ ਔਰ ਜਿਹੜੀ ਸਰਕਾਰ ਹੈਗੀ ਹੈ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ ਡਟ ਕੇ ਖੜੀ ਔਰ ਖੜੀ ਰਹੇ ਜਿਹੜੇ ਜ਼ਖਮੀ ਕਿਸਾਨ ਸੀ ਉਹਨਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀ ਬਿਲਕੁਲ ਮੰਤਰੀ ਸਾਹਿਬ ਨੇ ਜਿੱਦਾਂ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਦੇ ਬੜੇ ਅੱਛੇ ਢੰਗ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਔਰ ਡਾਕਟਰ ਸਾਹਿਬ ਦੀਆਂ ਟੀਮਾਂ ਨੇ ਜਿਹੜੀਆਂ ਔਲਰੇਡੀ ਉਹ ਜਿੰਨੇ ਬਾਰਡਰ ਏਰੀਏ ਸੀਗੇ ਸਾਰੇ ਹੋਸਪਿਟਲਾਂ ਦੇ ਵਿੱਚ ਤਾਇਨਾਤ ਨੇ ਤਾਂ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹਨਾਂ ਹੀ ਆਣ ਦਿੱਤੀ ਜਾਏਗੀ। ਤੁਸੀਂ ਆਪਣੇ ਹਲਕੇ ਵੱਲੋਂ ਜਿਹੜੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਦੇ ਵਿੱਚ ਕੋਈ ਆਪਣੇ ਪਾਰਟੀ ਵਰਕਰਾਂ ਨੂੰ ਬਿਲਕੁਲ ਬਿਲਕੁਲ ਮਿੰਨੇ ਮੇਰੇ ਜਿੰਨੇ ਆਮ ਆਦਮੀ ਪਾਰਟੀ ਦੇ ਸਾਡੇ ਵਰਕਰ ਨੇ ਬਿਲਕੁਲ ਉਹ ਨਾਲ ਗਏ ਨੇ ਔਰ ਉਹਨਾਂ ਨੇ ਬੈਰੀਗੇਟ ਵੀ ਉੱਥੇ ਜਾ ਕੇ ਤੋੜੇ ਨੇ ਔਰ ਜਿੱਥੋਂ ਤੱਕ ਗੱਲ ਹੈ ਕਿ ਸਾਡੇ DSP ਸਾਹਿਬ ਉੱਥੇ 24 ਘੰਟੇ ਆਪ ਡਿਊਟੀ ਦੇ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਆਣ ਦਿੱਤੀ ਜਾਏਗੀ।